ਅਸਟੇ ਮੈਂ ਫਾਰਮ ਤੇ ਆ ਗਏ ਆਂ ਤੇ ਤੁਹਾਨੂੰ ਇੱਥੇ ਚੈੱਕ ਕਰਾਵਾਂਗੇ ਬੱਚੇ ਆ ਦੇਖੋ ਆਇ ਕਾ ਖੜਾ ਹੋਆ ਆ ਤਿੰਨ ਆ ਖੜੇ ਆ ਤੇ ਤਿੰਨ ਕੇ ਉਹ ਦੇਖੋ ਤਿੰਨ ਉਧਰ ਖੜੇ ਆ ਇਹ ਤੁਹਾਨੂੰ ਸਾਰੇ ਜੀ ਚੈੱਕ ਕਰਾਵਾਂਗੇ ਬੱਚੇ ਤੇ ਇਹਨਾਂ ਆ ਦੇਖੋ ਇਹ ਫਾਰਮ ਹੈ ਜੀ ਇੱਕ ਸਾਈਡ ਤੇ ਇਹਨਾਂ ਨੇ ਜੀ ਪਾਰਟੀਸ਼ਨ ਕੀਤੀ ਹੋਈ ਹੈ ਇੱਕ ਸਾਈਡ ਤੇ ਗਾਵਾਂ ਆ ਦੇਖੋ ਇਹਨਾਂ ਬੱਚਿਆਂ ਦੀ ਮਾਵਾਂ ਗਾਵਾਂ ਜਿਹੜੀ ਇੱਕ ਸਾਈਡ ਤੇ ਗਾਵਾਂ ਦਰਮਿਆਨ ਚਾ ਜਾਲੀ ਲਾ ਕੇ ਪਾਈਪ ਲਾ ਕੇ ਤੇ ਇੱਕ ਸਾਈਡ ਤੇ ਪੁੱਛੇ ਆ ਯਾਨੀ ਕਿ ਨੇ ਦੋ ਰੈਕ ਬਣਾ ਇੱਕ ਸਾਈਡ ਤੇ ਗਾਵਾਂ ਇੱਕ ਸਾਈਡ ਤੇ ਬੱਚੇ ਤੇ ਲੇਕਿਨ ਤੁਹਾਨੂੰ ਸਭ ਪੱਛੇ ਚੈੱਕ ਕਰਨੇ ਆ ਤੇ ਚਲੋ ਉੱਥੇ ਬੱਚੇ ਚੈੱਕ ਕਰਨੇ ਪਹਿਲੇ ਵੱਡਾ ਬੱਚਾ ਚੈੱਕ ਕਰਨੇ ਆ ਉਸ ਤੋਂ ਥੱਲੇ ਤੋਂ ਤੁਹਾਨੂੰ ਬਾਕੀ ਸਾਰੇ ਚੈੱਕ ਕਰੰਦਿਆਂ ਨੇ ਹੈਗਾ ਵਾ ਆ ਹੈਗਾ ਜੀ ਫੁੱਲ ਬ੍ਰਾਹਮਣ ਦਾ ਬੱਚਾ ਵਾ ਬ੍ਰਾਹਮਣਾਂ ਫੁੱਲ ਤਕਰੀਬਨ ਇਹਦੀ ਜਿਹੜੀ ਉਮਰ ਹੋਣੀ ਨਾ 16 ਸਾਲ ਹਾਂ 16 ਸਾਲ ਦਾ ਹੋਣਾ ਸਮਝੋ 1.5 ਸਾਲ ਹਾਂ 1.5 ਸਾਲ ਦਾ ਲਾਲੋ ਜੀ ਇਹ 1.5 ਸਾਲ ਦਾ ਵਾ ਇਸ ਟਾਈਮ ਆ ਜਿਹੜਾ ਖੜਾ ਬੱਚਾ ਆ ਦੇਖੋ ਜੀ ये साल का वा जी बच्छा है ये जी फार सेल नहीं गा सेल वास्त आप देखो शौक वास्ते अं पाल रहे हैं शौक है शौक वास्ते पाल रहे हैं कुछ काफ अच्छा देखा हम तो उन्हें एक और बच्चा दिखाखो आह भी अच्छा वा इन जो इंसुलेन करवाई थी ना जो इंसुले करवाई थी इनू गुलाबी बुत्थी इंसुलेशन करवाई थी लेकिन आ देखो गुलाबी बुथी तो आया नहीं प्योर गुलाबी बुथी प्योर बनाया नहीं पता जी इन कोई फर्क आ गए हैं कि खुदा कोई भी फरक फर्क आ गया खुदा ही बेहतर जानता ਤੇ ਇਹ ਤਾਂ ਬਾਕੀ ਹੈ ਪੂਰਾ ਚਿੱਟਾ ਵਾ ਵੀ ਤੇ ਇਹਦੇ ਕੰਨ ਕੰਦ ਰੰਗਾਂ ਦਾ ਫਰਕ ਆ ਤੇ ਉੱਤੇ ਗਰਦਨ ਨੂੰ ਥੋੜਾ ਰੰਗ ਦਾ ਫਰਕ ਆ ਤੇ ਬਾਕੀ ਇਹਨਾਂ ਦੀ ਜਿਹੜੀ ਉਮਰ ਇਹਦੀ ਹੈ ਤੇ ਕਿਰਮਾ ਸਾਢੇ 3 ਮਹੀਨੇ 4 ਮਹੀਨੇ ਤੇ ਉਮਰ ਹੈ ਤੇ ਸਾਈਡ ਤੋਂ ਪੱਟ ਤੋਂ ਦੇਖ ਰੰਗ ਦਾ ਚੇਂਜ ਆ ਬਾਕੀ ਇਹ ਜਿਹੇ ਪਿਓਰ ਵਾਈਟ ਆ ਫੁੱਲ ਦੇਖੋ ਹੁਣ ਜਿਵੇਂ ਦੋ ਬੱਚੇ ਦੇਖ ਲਏ ਜੇਕਰ ਤੀਸਰਾ ਬੱਚਾ ਵਾ ਆ ਵੀ ਦੇਖੋ ਆ ਵੀ ਇਹਨੂੰ ਗੁਲਾਬੀ ਬੁੱਥੀ ਵਾਲਾ ਨਾ ਇਹਨੂੰ ਇਨਸੂਲੇਸ਼ਨ ਕਰਵਾਈ ਸੀਗੀ ਤੇ ਆ ਦੇਖੋ ਇਹਦੇ ਵੀ گلابی ਬੁੱਥੀ ਕੁਛ ਆਈ ਹੈ ਲੇਕਿਨ ਕੁਛ ਨਾ ਥੋੜਾ ਇਹਦੇ ਫਰਕ ਐ ਤੁਹਾਨੂੰ ਦਿਖੋ ਨਾ ਆ ਦੇਖੋ ਨਾ ਇਹਦੀ ਹਲਕੀਆਂ ਤੁਹਾਨੂੰ ਆ ਵੀ ਕਾਲਾ ਆ ਗਿਆ ਪਿਓਰੇ ਵੀ گلابی ਬੁੱਥੀ ਨਹੀਂ ਆਇਆ ਲੇਕਿਨ ਬਰਹਾਲੇ ਜਿਹੜਾ ਬੱਚਾ ਹੈ ਇਹ ਵੀ ਬੱਚਾ ਜਿਹੜਾ ਇਹ ਵੀ ਪਿਓਰ ਵਾਈਟ ਆ ਫੁੱਲ ਵਾਈਟ ਹੈ ਦਾ ਕਿਸੇ ਪਾਸੋਂ ਦਾਗ ਹੀ ਨਹੀਂ ਗੈਨਾ ਸਿਰਫ ਆ ਜਿਹੜੇ ਕੰਨ ਆ ਨਾ ਦੇਖੋ ਉਹ ਕੰਨ ਜਿਹੜੇ ਹੈਗੇ ਨਾ ਕੰਨਾਂ 'ਚ ਥੋੜਾ ਬਥਾ ਫਰਕ ਆ ਆ ਦੇਖ ਲਓ ਇਹਦੀ ਉਮਰ ਜਿਹੜੀ ਹੈਗੀ ਤਕਰੀਬਨ ਐਸ ਬੱਚੇ ਦੀ ਉਮਰ ਆ ਇਹ ਵੀ ਤਕਰੀਬਨ 3 ਕਿ ਮਹੀਨੇ ਦਾ ਹੈ 3 ਕਿ ਮਹੀਨੇ ਦਾ ਹੈ ਆ ਇਹ ਦੱਸਣ ਦੇ ਸੀ ਨਾ ਉਧਰੋਂ ਵੀਡੀਓ ਬਣਾ ਰਹੇ ਸਦੇ ਇੱਥੇ ਆ ਗਏ ਆ ਹੀ ਖੜਾ ਆ ਦੇਖੋ ਆ ਵੀ ਸਹੀ ਨਹੀਂ ਨਿਕਲਾ ਵੀ ਪਿਓਰ ਵਾਈਟ ਹੀ ਆ ਇਹਦੀ ਆ ਦੇਖੋ ਨਸਾਂ ਜਿਹੜੀਆਂ ਹਰ ਚੀਜ਼ ਇਦੋਂ ਕੋਈ ਫਰਕ ਆ ਗਿਆ ਕੁਝ ਯਾਨੀ ਕਿ ਜਦਾਂ ਕਹੇ ਕਹੇ ਨਿਕਾ ਰਹੇ ਲੱਤਾਂ ਦਾ ਕੁਝ ਸਿਰ ਤੇ ਯਾਨੀ ਕਿ ਤਾਂ ਫਰਕ ਆ ਗਿਆ ਉਸ ਤੋਂ ਬਾਅਦ ਇੱਕ ਫਰਾ ਵੀ ਆ ਉਹਦੀ ਜਿਹੜਾ ਤੁਹਾਨੂੰ ਦਿਖਾਇਆ ਉਹਦੀ ਉਮਰ ਵੀ ਤੇ ਕਿਰਮਾ 6.5 ਮਹੀਨੇ 4 ਮਹੀਨੇ ਦੀ ਉਮਰ ਆ ਫਿਰ ਉਸ ਤੋਂ ਆਹ ਇਹ ਦੇਖ ਆ ਦੇਖ ਲੋ ਇਹ ਵੀ ਗਲਾਬੀ ਬੁੱਥਿਆਲੇ ਤੁਹਾਨੂੰ ਦੂਰੋਂ ਇਹਦਾ ਬੁੱਥਾ ਨਜ਼ਰ ਆ ਰਿਹਾ ਹੋਣਾ ਜਿਹੜਾ ਨਾਸਾਂ ਇਹਦੀਆਂ ਨਾ ਮੂੰਹ ਜਿਹੜਾ ਉਹ ਵੀ ਪੂਰ ਗਲਾਬੀ ਨਹੀਂ ਆਇਆ ਤੇ ਹੈ ਇਹ ਵੀ ਵਾਈਟ ਹੀ ਹੈ ਲੇਕਿਨ ਇਹਦੇ ਵੀ ਆ ਦੇਖੋ ਫਰਕ ਹੈ ਆ ਦੇਖਣ ਇਹਦੇ ਕੰਨਾਂ ਤੇ ਇਦਾਂ ਜਿਦਾਂ ਆ ਤੁਹਾਨੂੰ ਪਹਿਲੇ ਦੂਸਰੇ ਤੋਂ ਬਾਅਦ ਪਹਿਲੇ ਤੋਂ ਦੂਸਰੇ ਨੰਬਰ ਵਾਲਾ ਬੱਚਾ ਦਿਖਾਇਆ ਸੀ ਜਿੱਦਾਂ ਉਹਦਾ ਉਹਦਾ ਵੀ ਇਦਾਂ ਹੀ ਸੇਮ ਹੀ ਹੈ ਤੇ ਇਹਦੀ ਵੀ ਉਮਰ ਜੇ ਕਿੰਨੀ ਹੈਗੀ ਇਹਦੇ ਚਾਰ ਤੋਂ 4.5 ਤੋਂ 5 ਮਹੀਨੇ ਦੀ ਉਮਰ ਹੈ ਇਸ ਬੱਚੇ ਦੀ ਹਾਂ ਦੇਖੋ ਨੇ ਚੋਂ ਇੱਕ ਆ ਵੀ ਅੱਛਾ ਹੈ ਇਹ ਵੀ ਹੋਈ ਗੁਲਾਬੀ ਬੁੱਥੀ ਵਾਲਾ ਰਖਵਾਇਆ ਸੀਗਾ ਆ ਦੇਖੋ ਇਹ ਵੀ ਉਹ ਨਹੀਂ ਆਇਆ ਪਿਓਰ ਗੁਲਾਬੀ ਬੁੱਥੀ ਨਹੀਂ ਆਈ ਇਹਦੇ ਵੀ ਨਾ ਦੇਖੋ ਮੂੰਹ ਦੇ ਚਨਾ ਆ ਗਏ ਆ ਦੇਖੋ ਤਾਂ ਆ ਗਏ ਆ ਦੇਖੋ ਮਹਰਲ ਜੇ ਦੀ ਇਹਦੀ ਉਮਰ ਜਿਹੜੀ ਹੈ ਨਾ ਤਕਰੀਬਨ ਇਹਦੀ ਉਮਰ ਤਕਰੀਬਨ 4.5 ਤੋਂ 5 ਮਹੀਨੇ ਇਸ ਬੱਚੇ ਦੀ ਉਮਰ ਹੈਗੀ ਹੈ ਇਹਦੀ ਆ ਦੇਖੋ ਹਾਂ ਜਲਾ ਜਾ ਰਿਹਾ ਕੋ ਜਿੱਥੇ ਤੁਹਾਨੂੰ ਸੀ ਇਸ ਟਾਈਮ ਨੇ ਇਸ ਫਾਰਮ ਤੇ ਆ ਕੇ ਬੱਚੇ ਚੈੱਕ ਕਰਵਾਇਆ ਯਾਨੀ ਤੁਹਾਨੂੰ ਨੇ ਕਿੰਨੀ ਚੀਜ਼ ਦੱਸਦੀ ਹੈ ਕਿ ਇਹ ਵੇਚਣ ਵਾਸਤੇ ਕੋਈ ਨਹੀਂ ਕਿ ਮਾਲਕ ਵੇਚਦਾ ਨਹੀਂ ਹੈ ਉਹਨੇ ਆਪਣੇ ਸ਼ੌਕ ਵਾਸਤੇ ਪਾਲੇ ਹੋਏ ਯਾਨੀ ਕਿ ਗਾਂ ਨਸਲ ਕਸ਼ੀ ਵਾਸਤੇ ਜੋ ਵੀ ਹੈ ਲੇਕਿਨ ਉਹਨੇ ਪਾਲੇ ਲੇਕਿਨ ਬੱਚਾ ਨਾ ਚੂ ਫਾਰ ਸੇਲ ਕੋਈ ਨਹੀਂਗਾ ਸੇਲ ਵਾਸਤੇ ਕੋਈ ਬੱਚਾ ਵੀ ਨਹੀਂਗਾ ਸੇ ਅੱਜ ਅਜ ਇਸ ਫਾਰਮ ਦਾ ਵਿਜ਼ਿਟ ਕਰਵਾਇਆ ਵਾ ਉਮੀਦ ਕਰਦਾ ਕਿ ਸਾਡੀ ਇਹ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਏਗੀ ਇੰਨਾ ਤਾਂ ਹੁਣ ਮਜ਼ੀਦ ਵੀ ਦੇਖਣ ਸਾਡੇ ਚੈਨਲ ਪਿੰਨ ਪੰਜਾਬ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਜਰਾ ਬੈਲ ਆਈਕਨ ਨੂੰ ਪ੍ਰੈਸ ਕਰ ਲੀਜੋ ਅਗਲੀ ਵੀਡੀਓ ਤੱਕ ਸਾਨੂੰ ਦਿਓ ਆਪਣੀ ਇਜਾਜ਼ਤ ਓਕੇ ਅਲ ਹਾਫਿਜ਼